ਜਾ ਚੱਲ ਚੱਲ ਜਾ ਵਾਪਸ, ਮਨਜੀਤ ਕੌਰ ਵੀ ਤੈਨੂੰ ਬਹੁਤ ਯਾਦ ਕਰਦੀ ਹੈ। ਜਿਵੇਂ ਸੁੱਖ ਬੋਂਡੂ ਵਰਗੇ ਘੁੰਮਦੇ ਨੇ, ਮੈਨੂੰ ਪਰਵਾਹ ਨਹੀਂ। ਮੈਂ ਹਨੀ ਸੇਠੀ ਦੀ ਵਾਈਫ ਏਕਮ ਸੇਠੀ, ਜੋ ਰਸਤੇ ਚ ਬਹੁਤ ਗੰਦੀ ਬਦਤਮੀਜ਼ੀ ਕੀਤੀ ਹੈ। ਤੇ ਹਨੀ ਸੇਠੀ ਜਨਾਨੀ ਨੇ ਨਾ ਸਾਰੇ ਗੱਲ ਦੱਸੀ ਹਨੀ ਸੇਠੀ ਨੂੰ ਫੋਨ ਕਰਕੇ। ਤੇ ਹਨੀ ਸੇਠੀ ਅੱਗੋਂ ਕਹਿੰਦਾ ਨੈਸ਼ਨਲ ਟੂਰ ਪੈਕੇਜ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਤੇ ਘੁੰਮ ਕੇ ਆਉਣਾ ਚਾਹੁੰਦੇ ਹੋ, ਤਾਂ ਅੱਜ ਮੈਂ ਤੁਹਾਡੇ ਲਈ ਇੱਕ ਲਿੰਕ ਲੈ ਕੇ ਆਈ ਹਾਂ। ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਈਡੀ ਜ਼ਰੂਰ ਚੈੱਕ ਕਰੋ। ਤੇ ਮੈਨੂੰ ਲੱਗਾ ਪ੍ਰਮੋਸ਼ਨ ਕਰਨ ਲੱਗੀ ਹੈ ਕਿ ਜਿਹਨੇ ਮੇਰੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਲਿੰਕ ਤੇ ਕਲਿੱਕ ਕਰੋ ਅਤੇ ਜਾ ਕੇ ਮੇਰੀ ਵੀਡੀਓ ਦੇਖੋ। ਲੋਕ ਇਹ ਬੋਲਤੇ ਹੈ ਕਿ ਹਮਨੇ ਖੁਦ ਕੀਆ ਜਾਂ ਫੇਮ ਕੇ ਲਈ ਕੀਆ। ਬਿਲਕੁਲ ਬਾਬੇ ਜੀ, ਤੁਸੀਂ ਫੇਮ ਦੇ ਲਈ ਕੀਤਾ ਹੈ। ਵੈਸੇ ਰਾਤ ਪਤਾ ਕੀ ਹੋਇਆ, ਕਿਰਨ ਦੇ 1.3 ਮਿਲੀਅਨ ਫਾਲੋਅਰਸ ਸੀਗੇ, ਇੱਕਦਮ 1.5 ਮਿਲੀਅਨ ਫਾਲੋਅਰਸ ਹੋ ਗਏ। ਲੈ ਲਓ, ਮੈਨੂੰ ਤਾਂ ਲੱਗਾ ਖੁਸ਼ਖਬਰੀ ਸੁਣਾ ਲੱਗਾ ਹੈ ਕਿ ਤੁਸੀਂ ਮੁਬਾਰਕੋ ਵੀ ਤੁਹਾਨੂੰ ਸਾਰਿਆਂ ਨੂੰ, ਰਾਤੀ ਗੇਮ ਪੈ ਗਈ ਤੇ ਤੁਸੀਂ ਚਾਚੇ ਬਣਨ ਵਾਲੇ। ਹਾਂਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਆਪਣਾ ਹਰਮਨ ਪਿਆਰੇ ਪ੍ਰੋਗਰਾਮ ਹਾਸੀਆਂ ਖੇਡੀਆਂ ਵਿੱਚ। ਆਓ ਫਿਰ ਫਾਲਤੂ ਬਕਚੋਦੀ ਕੀਤੇ ਬਿਨਾਂ ਸ਼ੁਰੂ ਕਰਦੇ ਆ ਵੀਡੀਓ। ਮੈਨੂੰ ਇਹ ਦੱਸ ਵੀ ਢੋਲ ਵਜਾਣ ਵਾਲੀ ਕਿਹੜੀ ਗੱਲ, ਮੈਨੂੰ ਜਵਾਬ ਦੇ ਕੇ ਜਾ, ਮੈਂ ਤਾਂ ਬੇਲੜ। ਜਪਾਨੀ ਸੂਮੋ ਜੀ ਬੇਲ ਲੈ ਕੇ ਜਾ ਕੇ ਆਪਣੇ ਭਰਾ ਦੀ ਨਸਬੰਦੀ ਕਰਾ ਕੇ ਆ। ਤਾਂ ਸਾਰਿਆਂ ਨੂੰ, ਮੈਂ ਹਨੀ ਸੇਠੀ ਦੀ ਵਾਈਫ ਏਕਮ ਸੇਠੀ, ਜੋ ਢਾਣੇ ਰਸਤੇ ਚ ਬਹੁਤ ਗੰਦੀ ਬਦਤਮੀਜ਼ੀ ਕੀਤੀ ਹੈ। ਤੇ ਹਨੀ ਸੇਠੀ ਜਨਾਨੀ ਨੇ ਨਾ ਸਾਰੇ ਗੱਲ ਦੱਸੀ ਹਨੀ ਸੇਠੀ ਨੂੰ ਫੋਨ ਕਰਕੇ। ਤਾਂ ਹਨੀ ਸੇਠੀ ਅੱਗੋਂ ਕਹਿੰਦਾ ਫੁੱਦੂਆ, ਇਹ ਟਾਈਮ ਡਾਇਲੋਗ ਬਾਜੀ ਮਾਰਦਾ ਨਹੀਂ, ਆਪਣੇ ਭਰਾ ਚਾਰ ਚਪੇੜਾ ਮਾਰ ਤੇ ਉਹਨੂੰ ਸਮਝਾ ਕਿ ਭਾਬੀ ਮਾਸਮਾਨ ਹੁੰਦੀ ਹੈ, ਮਾਸਮਾਨ ਨਹੀਂ। ਅਮਨ ਰਾਮਗੜੀਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਅਮਨ ਦਾ ਦਰਦ ਝਲਕਿਆ। ਲਗਾਓ ਮੁੰਡਿਓ ਫਿਰ ਕਲਿੱਪ, ਦੇਖੀ ਕਿਹੜਾ ਦਰਦ ਝਲਕਿਆ ਇਹਦਾ। ਸੋ ਗਾਇਜ਼, ਅਗਰ ਤੁਸੀਂ ਵੀ ਕੋਈ ਇੰਟਰਨੈਸ਼ਨਲ ਟੂਰ ਪੈਕੇਜ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਤੇ ਘੁੰਮ ਕੇ ਆਉਣਾ ਚਾਹੁੰਦੇ ਹੋ, ਤਾਂ ਅੱਜ ਮੈਂ ਤੁਹਾਡੇ ਲਈ ਇੱਕ ਲਿੰਕ ਲੈ ਕੇ ਆਈ ਹਾਂ। ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਈਡੀ ਜ਼ਰੂਰ ਚੈੱਕ ਕਰੋ। ਤੇ ਮੈਨੂੰ ਲੱਗਾ ਪ੍ਰਮੋਸ਼ਨ ਕਰਨ ਲੱਗੀ ਹੈ ਕਿ ਜਿਹਨੇ ਮੇਰੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਲਿੰਕ ਤੇ ਕਲਿੱਕ ਕਰੋ ਅਤੇ ਜਾ ਕੇ ਮੇਰੀ ਵੀਡੀਓ ਦੇਖੋ। ਪ੍ਰਮੋਸ਼ਨ ਕਰਦੀ ਫਿਰਦੀ ਹੈ, ਪੈਸੇ ਕਮਾ ਰਹੀ ਹੈ। ਤੇ ਇਧਰ ਮੀਡੀਆ ਵਾਲੇ ਕਹਿ ਰਹੇ ਸੀ ਅਮਨ ਦਾ ਦਰਦ ਝਲਕਿਆ। ਇੱਕ ਬੰਦਾ ਆ ਉਹਨੂੰ ਇਹ ਸਭ ਸੁਣ ਕੇ ਬੜਾ ਦੁੱਖ ਲੱਗਾ ਤੇ ਉਹ ਦੇਖੋ ਕੀ ਕਹਿ ਰਿਹਾ। ਮੰਨ ਲਓ ਤੁਹਾਡੀ ਭੈਣ ਆ, ਉਹਦਾ ਵਿਆਹ ਹੋ ਗਿਆ, ਤੁਹਾਨੂੰ ਪਤਾ ਤੁਹਾਡਾ ਜੀਜਾ ਤੁਹਾਡਾ ਕੀ ਕਰਦਾ, ਤੁਹਾਡੀ ਭੈਣ ਨਾਲ ਵੀਡੀਓ ਬਣਾ ਰਿਹਾ ਨਹੀਂ। ਮੋਬਾਈਲ ਦਾ ਸਟੈਂਡ ਆ ਗਿਆ ਪਰ ਭਾਈ ਦਾ ਕੋਈ ਸਟੈਂਡ ਨਹੀਂ ਹੈ। ਕੁਝ ਦਿਨ ਪਹਿਲਾਂ ਭਾਜੀ ਨਾ ਗਲਾ ਕੱਢ ਰਹੇ ਸੀ ਅਮਰ ਰਾਮਗੜੀਆ ਨੂੰ। ਜੋ ਕਹੇਗਾ ਉਹਦੇ ਬਦਲੇ A to Z, ਉਹ ਚੀਜ਼ਾਂ ਜੋ ਕਹੇਗਾ ਮੇਰੇ ਬਦਲੇ ਉਹਦੇ ਬਦਲੇ ਮੈਂ ਕਰਮ ਨੂੰ ਪਿਆਰ। ਇੰਨਾ ਮਾੜਾ ਜਿੰਮੀ ਨਾ ਤੇਰਾ, ਮੈਂ ਤੈਨੂੰ ਚੰਗੀ ਸਮਾਂ ਦਾ ਹੀ ਹਰੀ ਚੈੱਕ ਕਰੋ। ਅਮਰ ਰਾਮਗੜੀਆ 5000 ਰੁਪਏ ਮੰਗਣ ਨੇ, ਮੈਨੂੰ ਪਲੀਜ਼ ਪਾ ਦੇ, ਮੈਨੂੰ ਚਾਹੀਦਾ ਇਹ ਪੈਸੇ। ਇਸ ਕਰਕੇ ਲੋਕ ਭਾਜੀ ਹੁਣ ਦੋਗਲਾ ਕਹਿੰਦੇ ਆ, ਕਿਉਂਕਿ ਭਾਜੀ ਉਹਨੇ ਪਹਿਲਾਂ ਇਹਨਾਂ ਕੁੜੀਆਂ ਨੂੰ ਰੋਸਟ ਕਰਦੇ ਹੁੰਦੇ ਸੀ, ਗਾਲਾਂ ਕੱਢਦੇ ਸੀਗੇ, ਤੇ ਅੱਜ ਕੱਲ੍ਹ ਇਹਨਾਂ ਦੇ ਨਾਲ ਬੈਠ ਕੇ ਇਹਨਾਂ ਦੇ ਵਕੀਲ ਬਣੇ ਫਿਰਦੇ ਆ। ਪੈਸੇ ਲੋਡ ਜ਼ਿਆਦਾ ਪੈ ਗਈ ਨਾ ਭਾਈ ਹੋਰਾਂ ਨੂੰ, ਤਾਂ ਕਰਕੇ ਕਿਉਂਕਿ ਢਿੱਡ ਵੱਡਾ ਆ। ਤੁਹਾਡੀ ਭੈਣ ਆ ਉਹਦਾ ਵਿਆਹ ਹੋ ਗਿਆ, ਤੁਹਾਨੂੰ ਪਤਾ ਤੁਹਾਡਾ ਜੀਜਾ ਤੁਹਾਡਾ ਕੀ ਕਰਦਾ, ਤੁਹਾਡੀ ਭੈਣ ਨਾਲ ਵੀਡੀਓ ਬਣਾ ਰਿਹਾ ਨਹੀਂ ਬਣਾ ਰਿਹਾ। ਕਿਹੜਾ ਬੰਦਾ ਆਪਣੀ ਨਾਨੀ ਦੀ ਵੀਡੀਓ ਵਾਇਰਲ ਕਰਦਾ ਹੈ, ਸਾਰੇ ਫੁੱਦੂਆ ਕੁੱਲਟ ਪੀਜੇ ਵਰਗੇ ਨਹੀਂ ਹੁੰਦੇ। ਗੱਲ ਲੋਕ ਇਹ ਬੋਲਤੇ ਹੈ ਕਿ ਹਮਨੇ ਖੁਦ ਕੀਆ ਜਾਂ ਫੇਮ ਕੇ ਲਈ ਕੀਆ। ਬਿਲਕੁਲ ਬਾਬੇ ਜੀ, ਤੁਸੀਂ ਫੇਮ ਦੇ ਲਈ ਕੀਤਾ ਹੈ। ਫੇਮ ਤੋਂ ਹਮਾਰੇ ਪਾਸ ਪਹਿਲੇ ਵੀ ਥਾ, ਜਬ ਆਪਕੋ ਬਤਾਇਆ ਕਿ ਜਮ ਲੋ ਕਾਰਟ ਪੇ ਥੇ, ਫੇਮ ਤੋਂ ਉਸ ਟਾਈਮ ਪੇ ਵੀ ਥਾ। ਕਿਉਂਕਿ ਤੁਹਾਨੂੰ ਪਹਿਲਾਂ ਲੋਕੀ ਜਾਣਦੇ ਸੀ, ਪਰ ਕੱਲੇ ਪੰਜਾਬ ਵਿੱਚ, ਬਾਹਰ ਨਹੀਂ। ਤੁਸੀਂ ਤਾਂ ਪੂਰੀ ਇੰਡੀਆ ਨੂੰ ਕਵਰ ਕਰਨਾ ਸੀ ਨਾ, ਲਦਾਖ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਤਾਂ ਹੀ ਤਾਂ ਹਿੰਦੀ ਵਿੱਚ ਵੀਡੀਓ ਬਣਾਈ ਹੈ। ਹਿੰਦੀ ਵਿੱਚ ਆਪਣੀ ਨਾਨੀ ਨਾਲ ਕੌਣ ਗੱਲ ਕਰਦਾ ਹੈ ਇਦਾਂ ਦੇ ਸਮੇਂ ਵਿੱਚ। ਕੌਣ ਇਨਸਾਨ ਚਾਹੇਗਾ ਕਿ ਆਪਣਾ ਕੰਮ ਆਪਣੇ ਹੱਥ 'ਚ ਖਰਾਬ ਕਰ ਦੇ। ਤੁਹਾਡਾ ਕੰਮ ਖਰਾਬ ਕੀਤਾ ਫਿੰਸੀਆਂ ਨੇ, ਜੇ ਉਸ ਦਿਨ ਭਾਬੀ ਤੁਸੀਂ ਨਾ ਮੂੰਹ ਦੀ ਜਗ੍ਹਾ ਨਾ ਢੂਈ 'ਤੇ ਥੋੜ੍ਹੀ ਜਿਹੀ ਕਰੀਮ ਲਾ ਲੈਂਦੇ ਨਾ, ਤਾਂ ਤੁਹਾਨੂੰ ਇੰਨੇ ਗੰਦੇ ਕਮੈਂਟ ਵੀ ਨਹੀਂ ਆਉਣੇ ਸੀਗੇ, ਅਤੇ ਤੁਹਾਡਾ ਕੰਮ ਵੀ ਚੱਲ ਪੈਣਾ ਸੀਗਾ, ਅਤੇ ਬਿਗ ਬੋਸ ਦਾ ਰਾਹ ਤੁਹਾਡੇ ਲਈ ਖੁੱਲ੍ਹ ਗਿਆ ਹੁਣ ਤੱਕ। ਹਾਂ ਚੱਲ ਜਾ ਵਾਪਸ, ਮਨਜੀਤ ਕੌਰ ਵੀ ਤੈਨੂੰ ਬਹੁਤ ਯਾਦ ਕਰਦੀ ਹੈ। ਜਿਵੇਂ ਸੁੱਖ ਬੋਂਡੂ ਵਰਗੇ ਘੁੰਮਦੇ ਨੇ, ਮੈਨੂੰ ਪਰਵਾਹ ਨਹੀਂ। ਤੂੰ ਭੈਣ ਚੋਦਾ, ਤੂੰ ਬੋਂਡੂ ਹੈ, ਤੂੰ ਬੋਂਡੂ ਰਹੇਗਾ। ਯਾਰ ਭੈਣ ਚੋ ਸਾਰੇ ਮਿਲ ਕੇ ਹਮਕੋ ਪਾਗਲ ਬਣਾ ਰਹੇ, ਮਾਦਰ ਚੋਦ ਕੇ ਬੱਚੇ। ਐਵਰੀਵਨ, ਅੱਜ ਮਨਜੀਤ ਮੈਮ ਆਏ ਸੀਗੇ, ਸਾਰੇ ਜਾਣਦੇ ਆ ਜੀ ਮੈਮ ਨੂੰ। ਨਹੀਂ ਸਾਰੇ ਜਾਣਦੇ, ਇਦਾਂ ਕਹਿ ਰਹੀ ਜਿਵੇਂ ਸਾਈਕਲ ਤੇ ਇਹ ਚਾਰ ਬਿਜਲੀ ਪਿੰਡਾਂ ਵਿੱਚ ਆ ਜਾ ਕੇ ਚਾਰ ਆ ਰਹੇ। ਆਮ ਕਾ ਚਾਰ, ਨਿੰਬੂ ਕਾ ਚਾਰ, ਲਸਣ ਕਾ ਚਾਰ, ਜਿਹੜੀ ਸੁੱਖ ਦੇ ਨਾਲ ਹੁੰਦੀ ਆ ਉਹ ਗਸ਼ਤੀ ਨੂੰ ਕਹਿ ਲਓ, ਭਾਵੇਂ ਜੋ ਮਰਜ਼ੀ ਕਹਿ ਲਓ, ਉਹ ਗਸ਼ਤੀ ਹੈ। ਤੇ ਤੂੰ ਦੇਵੀ ਮਾਤਾ ਅਵਤਾਰ ਹੈ।
ਕਿਵੇਂ ਜਿੱਦਾਂ ਮਿਸਯੂਜ ਹੋਇਆ? ਮਿਸਯੂਜ ਜਿੱਦਾਂ ਫੋਟੋਆਂ ਵਗੈਰਾ ਭੇਜਦੀ ਮੈਨੂੰ ਕਹਿੰਦੀ ਸੀ ਤੂੰ ਇਹਨਾਂ ਨਾਲ ਚੱਲ ਜਾ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਗਲਤ ਕਰਨਾ। ਕੋਡੀ ਕਰਕੇ ਨਾ ਇਹਦੀ ਢੂਈ ਦੇ ਜੁੱਤੀਆਂ ਮਾਰੋਗੇ ਨਾ ਅੱਗੋਂ ਟਰਾਲਾ ਨਿਕਲਾ ਭਰ ਕੇ ਲੋਲੀਪੋਪਾਂ ਦਾ, ਅੱਧਾ ਚੰਡੀਗੜ੍ਹ ਦਾ ਹਥਿਆਰ ਖਾ ਗਈ ਹੈ ਤੇ ਹੱਲੇ ਆ ਦੂਜਿਆਂ ਨੂੰ ਕਿਸ਼ਤੀਆਂ ਦੱਸ ਰਹੀ ਹੈ। ਕੀ ਸੁਕਰ ਤੇ ਜਦੋਂ ਆਇਆ ਸੀਗਾ ਮੇਰਾ ਆਪਰੇਸ਼ਨ ਕਰਵਾ ਕੇ ਗਿਆ ਸੀ, ਕਈ ਮੁੱਦਾ ਚੱਕ ਰਹੇ ਨੇ, ਕਿਉਂ ਬਈ ਪ੍ਰੈਗਨੈਂਟ ਹੋਣਾ ਕੋਈ ਗਲਤ ਗੱਲ ਆ? ਤੁਸੀਂ ਵੀ ਤਾਂ ਕਿਸੇ ਦੇ ਕੁੱਖੋ ਜੰਮੇ ਹੋਏ ਹੋ। ਕਿਸੇ ਚੰਗੇ ਢੀਠ ਦੀ ਜਾਈਏ, ਪ੍ਰੈਗਨੈਂਟ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਵਿਆਹ ਤੋਂ ਬਾਅਦ ਪਹਿਲਾਂ ਨਹੀਂ, ਪਹਿਲਾਂ ਵਾਲੇ ਜਿਹੜੀ ਕੁੜੀਆਂ ਪ੍ਰੈਗਨੈਂਟ ਹੁੰਦੀਆਂ ਨਾ ਉਹਨਾਂ ਦੇ ਬੱਚਿਆਂ ਨੂੰ ਬੰਦੇ ਹਰਾਮ ਦਾ ਕਹਿੰਦੇ ਆ। ਉਸਤਾਦ ਜੀ ਆਓ ਯਾਰ ਅੱਗੇ ਫੜਾ ਲੱਤਾ ਭਾਜੀ ਫਿਸਕਦੀ ਫਿਰਦੀ ਫੜ ਚੋਦ ਗੱਦ ਪਾਇਆ ਯਾਰ। ਮੈਂ ਮੰਨਦੀ ਹਾਂ ਬਹੁਤ ਗਲਤ ਜੁੱਤੀਆਂ ਖਾ ਕੇ ਮੰਨੀ ਤੇ ਕੀ ਮੰਨੀ, ਪਹਿਲਾਂ ਮੰਨ ਜਾਂਦੀ ਕੰਜਰ ਦੀ ਏ। ਚੜਾਈ ਹੁੰਦੀ ਲੋਕਾਂ ਤੋਂ ਜਰੀ ਨਹੀਂ ਜਾਂਦੀ, ਲੜਦੀ ਆ ਮੇਰੇ ਤੇ ਤਾਂ ਮੰਡੀਰ ਗਲਤ ਪੋਸਟਾਂ ਲਿਖ ਲਿਖਿਆ ਪਾਉਂਦੀ, ਜੇ ਨਹੀਂ ਚੰਗੀ ਲੱਗਦੀ ਵੇਖਿਆ ਨਾ ਕਰੋ, ਜ਼ਿਆਦਾ ਦਿੱਕਤ ਆ ਤਾਂ ਸਿੱਧਾ ਇੱਕ ਵਿੱਚ ਆ ਕੇ ਮਰੋ। ਮੇਰਾ ਭਰਾ ਕੰਮ ਕਰ, ਲੋਲੂਏ ਘਰ ਚੱਲ ਜਾ, ਨਹੀਂ ਤੇਰੇ ਪਿੱਛੇ ਕੁੱਪ ਦਿਖ ਰਿਹਾ ਨਾ ਉਹ ਚਲੇ ਜਾ ਕੇ ਨਾ ਤੇ ਟੂ ਜੈਲਫੀ ਪਾਦਾਂਗਾ ਤੇ ਮੁੜ ਕਰਾਉਂਦਾ ਫਿਰੇਗਾ, ਹਾਏ ਟੱਟੀ ਨਹੀਂ ਆਉਂਦੀ ਟੱਟੀ ਨਹੀਂ ਆਉਂਦੀ। ਅੱਛਾ ਜੀ, ਕੇਕ ਲੁਕ ਕੇ ਤੇ ਚੁੱਪੇ ਸ਼ਰਿਆਮ। ਸੋ ਗਾਇਸ ਰਾਤ ਪਤਾ ਕੀ ਹੋਇਆ, ਕੀਰਤ ਦੇ 1.3 ਮਿਲੀਅਨ ਫਾਲੋਅਰ ਸੀਗੇ, ਇੱਕਦਮ 1.5 ਮਿਲੀਅਨ ਫਾਲੋਅਰਸ ਹੋ ਗਏ। ਲੈ ਲਓ, ਮੈਨੂੰ ਤਾਂ ਲੱਗਾ ਖੁਸ਼ਖਬਰੀ ਸੁਣਾ ਲੱਗਾ ਆ ਕਿ ਤੁਸੀਂ ਮੁਬਾਰਕ ਹੋ ਵੀ ਤੁਹਾਨੂੰ ਸਾਰਿਆਂ ਨੂੰ, ਰਾਤ ਗੇਮ ਪੈ ਗਈ ਤੇ ਤੁਸੀਂ ਚਾਚੇ ਬਣਨ ਵਾਲੇ ਹੋ। ਦੇਖ ਕੇ ਰੂਪ ਤੇਰੇ ਨੂੰ ਚੰਨ ਕਹਿੰਦਾ ਚੜਨਾ ਨਹੀਂ, ਚੰਨ ਕਹਿੰਦਾ ਚੜਨਾ ਨਹੀਂ। ਅਸਲ ਹੋ ਗਏ ਵਿਆਹ ਨੂੰ ਪਰ ਜਵਾਬ ਨਹੀਂ ਕਰ ਰਹੇ, ਕਿਉਂ? ਕਿਉਂਕਿ ਫਿਗਰ ਨਾ ਖਰਾਬ ਹੋ ਜੀ ਕਿਤੇ, ਜਿਹੜੇ ਠਰਕੀ ਦੇਖਦੇ ਜਿੰਨੇ ਸਿਰ ਤੋਂ ਪੈਸੇ ਆਉਂਦੇ ਹਰ ਦੂਏ ਮਹੀਨੇ ਬਾਅਦ ਚੱਕ ਕੇ ਮੁੰਡੇ ਤੁਰੇ ਹੁੰਦੇ ਆ, ਫਿਰ ਕਿੱਥੋਂ ਜਾਣਾ? ਮਿਹਨਤ ਕਰਨੇ ਪੈ ਨਹੀਂ ਹੈ ਤੇ ਮਿਹਨਤ ਦੀ ਕਮਾਈ ਚੂ ਸਾਲ 'ਚ ਚਾਰ ਵਾਰ ਇੰਡੀਆ ਨਹੀਂ ਜਾਇਆ ਜਾਣਾ, ਤੇ ਉਸ ਤੋਂ ਬਾਅਦ ਦੇਖੋ ਸਾਲ 'ਚ ਚਾਰ ਵਾਰ ਇੰਡੀਆ ਜਾਣ ਤੋਂ ਬਾਅਦ ਵੀ ਕਾਣ ਦੇ ਕਿਹੜੇ ਲਾਏ ਜਾ ਰਹੇ ਆ। ਉਹ ਫੁੱਦੂ, ਇੰਨੀ ਜਲਦੀ ਤੇ ਬੰਦਾ ਦੁਕਾਨ ਤੇ ਗਿਆ ਨਹੀਂ ਮੁੜਦਾ, ਜਿੰਨੀ ਜਲਦੀ ਤੁਸੀਂ ਆ ਜਾਂਦੇ ਹੋਰ ਸਾਲੇ ਤੋਂ ਜਲਦੀ ਕਿੰਨਾ ਨਾ ਹੈ। ਠੀਕ ਹੈ ਫਿਰ, ਅੱਜ ਦੇ ਲਈ ਇੰਨਾ ਹੀ ਮਿਲਿਆ, ਫਿਰ ਕਿਸੇ ਅਗਲੀ ਵੀਡੀਓ ਵਿੱਚ ਇੱਥੇ ਤੱਕ ਪਹੁੰਚਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਯਾਰ। ਮਜ਼ਾ ਆਇਆ, ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ।